ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਰੌਟਰ ਗਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਸੋਚਿਆ ਕਿ ਆਪਾਂ ਕੁਝ ਨਵੀਆਂ ਕਿਸਮਾਂ ਬਾਰੇ ਗੱਲਾਂ ਕਰਦੇ ਰਹਿਨੇ ਆ ਕਣਕ ਦੀਆਂ ਝੋਨੇ ਦੀਆਂ ਕਣਕ ਦੀ ਹੁਣ ਜਿਹੜੀ ਬਜਾਈ ਅੱਕੇ ਸ਼ੁਰੂ ਹੋਣ ਜਾ ਰਹੀ ਹੈ 25 ਅਕਤੂਬਰ ਤੋਂ ਪੂਰਾ ਸਹੀ ਸਮਾਂ ਸ਼ੁਰੂ ਹੋ ਜਾਣਾ ਬਜਾਈ ਦਾ ਪ੍ਰਾਣੀਆਂ ਕਿਸਮਾਂ ਬਾਰੇ ਗੱਲ ਕਰੀਏ ਪ੍ਰਾਣੀਆਂ ਕਿਸਮਾਂ ਨੂੰ ਯਾਦ ਕਰੀਏ ਜਿਹੜੀਆਂ 2010 11 ਤੋਂ ਰਿਲੀਜ਼ ਹੋਈ ਰਿਕਮੈਂਡ ਹੋਈ ਪਈ ਹੈ ਜੀ ਲੁਧਿਆਣਾ ਵੱਲੋਂ ਪੰਜਾਬ ਦੀਆਂ ਹਾਲਾਤਾਂ ਦੇ ਵਿੱਚ ਕਾਸ਼ਤ ਵਾਸਤੇ ਉਦੋਂ ਬਾਅਦ ਇੱਕ ਕਿਸਮ 15 ਚ ਜਾ ਕੇ ਰਿਕਮੈਂਡ ਕੀਤੀ ਗਈ ਫਿਰ 20 ਚ ਜਾ ਕੇ ਰਿਕਮੈਂਡ ਕੀਤੀਆਂ ਗਈਆਂ ਦੋ ਕਿਸਮਾਂ ਜਿਹੜੀਆਂ ਹੁਣ ਤੱਕ ਜਿਹੜਾ ਕਿਸਾਨ ਵੀਰ ਕਾਫੀ ਉਹਨੂੰ ਪਸੰਦ ਕਰਦੇ ਆ ਕਿਉਂਕਿ ਉਹਨਾਂ ਬਾਰੇ ਵੀ ਗੱਲ ਕਰਨੀ ਬਣਦੀ ਆ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਡਰ ਬਟਨ ਦਾ ਬਲੂ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਕਿਸਮਾਂ ਨਵੀਆਂ-ਨਵੀਆਂ ਇੰਪਰੂਵਡ ਆਈ ਜਾਂਦੀਆਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਸਾਡਾ ਖੇਤ ਕਿਸ ਤਰ੍ਹਾਂ ਦਾ ਸਾਡੀ ਜ਼ਮੀਨ ਹਲਕੀ ਹੈ ਮਾੜੀ ਜ਼ਮੀਨ ਹੈ ਦਰਮਿਆਨੀ ਹੈ ਭਾਰੀ ਹੈ ਅਸੀਂ ਉਹਦੀ ਖਾਤਰ ਜ਼ਮੀਨ ਦੀ ਖਾਤਰ ਕੀ ਕਰਦੇ ਉਹਨੂੰ ਕੀ ਖਰਾਕ ਦਿੰਨੇ ਆ ਅਸੀਂ ਜ਼ਮੀਨ ਨੂੰ ਕਿ ਅਸੀਂ ਫਸਲ ਬੀਜ ਕੇ ਫਸਲ ਨੂੰ ਹੀ ਕੱਲੀ ਯੂਰੀਆ ਜਾਂ ਕੋਈ ਹੋਰ ਮਿਰਚ ਮਸਾਲਾ ਪਾ ਰਹੇ ਹਾਂ ਮਤਲਬ ਜ਼ਮੀਨ ਨੂੰ ਕੋਈ ਹਰੀ ਖਾਦ ਕੋਈ ਰੂੜੀ ਖਾਦ ਉਹ ਚ ਫਸਲਾਂ ਦੀ ਰਹਿਣ ਖੂੰਦ ਜ਼ਮੀਨ ਜੇ ਚੰਗੀ ਹੋਊਗੀ ਤਾਂ ਫਿਰ ਤੁਸੀਂ ਕਿਸਮ ਕੋਈ ਮਾੜੀ ਵੀ ਲੱਗ ਜੂਗੀ ਤਾਂ ਉਹ ਚਾਰ ਠੀਕ ਦੇ ਜਾਂਦੀ ਹੈ ਜੇ ਜ਼ਮੀਨ ਬਹੁਤ ਮਾੜੀ ਆ ਤੇ ਉਹਦੇ ਵਿੱਚ ਕਿਸਮ ਜੇ ਚੰਗੀ ਵੀ ਲੱਗ ਜੇ ਲੱਗ ਜਾਵੇ ਤਾਂ ਫਿਰ ਆਪਾਂ ਉਹਨੂੰ ਕਈ ਵਾਰ ਕਹਿ ਦਿੰਨੇ ਕਿ ਕਿਸਮ ਫੇਲ ਆ ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਜ਼ਮੀਨ ਤੁਹਾਡੀ ਕਿਸ ਤਰ੍ਹਾਂ ਦੀ ਹੈਗੀ ਆ ਫਿਰ ਤੁਹਾਡੇ ਏਰੀਆ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਵਧੀਆ ਪਰਫਾਰਮ ਕਰਦੀਆਂ ਤੇ ਤੀਜਾ ਬਹੁਤ ਜ਼ਰੂਰੀ ਜਿਹੜਾ ਮੈਂ ਹਰ ਵਾਰੀ ਕਹਿੰਦਾ ਇਹ ਨਵੀਂ ਕਿਸਮ ਜਦੋਂ ਵੀ ਆਉਂਦੀ ਆ ਆਪਦੇ ਏਰੀਆ ਚ ਆਪਦੇ ਖੇਤ ਦੇ ਵਿੱਚ ਖੁਦ ਜਿੰਨਾ ਚਿਰ ਤੁਸੀਂ ਟ్రਾਇਲ ਨਹੀਂ ਕਰਦੇ ਉਹ ਵੈਰੈਟੀ ਇਹ ਟ੍ਰਕਬਾ ਨਾ ਵਧਾਓ ਆਪਾਂ ਕੀ ਕਰਦੇ ਆ ਮਤਲਬ ਨਵੀਂ ਵੈਰੈਟੀ ਆਈ ਸਪੈਸੀਫਿਕੇਸ਼ਨਾਂ ਦੱਸਣਾ ਵੱਖਰੀ ਗੱਲ ਆ ਕਿਉਂਕਿ ਆਪਾਂ ਵੈਰੈਟੀ ਬਾਰੇ ਦੱਸਣਾ ਹੁੰਦਾ ਇਹਦਾ ਪੋਟੈਂਸ਼ੀਅਲ ਇੰਨਾ ਹੋ ਸਕਦਾ ਜਾਂ ਕੋਈ ਹੋ ਸਕਦਾ ਕਿਸੇ ਨੇ ਬੀਜ ਵੇਚਣਾ ਹੋਵੇ ਉਹ ਕਹਿ ਦਵੇ ਕਿ ਇੰਨਾ ਝਾੜ ਆਉਂਦਾ ਹੀ ਆਉਂਦਾ ਇਹ ਤੁਸੀਂ ਜ਼ਰੂਰ ਲਾ ਲਓ ਵੱਧ ਰਕਬਾ ਲਾ ਲਓ ਪਰ ਮੈਂ ਕਦੇ ਵੀ ਤੁਹਾਨੂੰ ਗਾਈਡ ਇਸ ਤਰ੍ਹਾਂ ਨਹੀਂ ਕਰੂੰਗਾ ਕਿ ਤੁਸੀਂ ਨਵੀਂ ਵੈਰਾਈਟੀ ਆ ਤੇ ਪੂਰੇ ਠੋਕ ਕੇ ਤੁਸੀਂ ਬੀਜ ਲੈ ਲਓ ਜਾਂ ਤੁਸੀਂ ਲਾ ਲਓ ਬਿਲਕੁਲ ਨਹੀਂ ਤੁਹਾਨੂੰ ਜਾਣਕਾਰੀ ਸਹੀ ਦਿੱਤੀ ਜਾਉ ਪੀਏ ਜੁਲ੍ਹਿਆਂਵਾਲੋਂ ਵੀ ਇਹੀ ਕਿਹਾ ਜਾਂਦਾ ਕਿ ਤੁਸੀਂ ਜ਼ੋਰ ਕਮੈਂਡ ਕੀਤੀ ਜਾਂਦੀ ਵੈਰਾਈਟੀ ਉਹਦਾ ਥੋੜਾ ਥੋੜਾ ਬੀਜ ਤਾਂ ਹੀ ਦਿੱਤਾ ਜਾਂਦਾ ਹੁੰਦਾ ਸੋ ਜਿਹੜੀਆਂ ਗੱਲ ਕਰੀਏ ਆਪਾਂ ਕਿ ਹੁਣ ਆਪਾਂ ਇਸ ਵਾਰ ਚਲੋ ਨਵੀਂ ਕਿਸਮ ਵੀ ਤੁਸੀਂ ਜਿੰਨਾ ਕੁ ਬੀਜ ਮਿਲਦਾ ਥੋੜਾ ਬੋਤਾ ਰਕਬਾ ਲਾਓ ਅੱਧਾ ਏਕੜ ਲਾ ਲਓ 1 ਏਕੜ ਲਾ ਲਓ ਪ੍ਰਾਣੀਆਂ ਦੇਖੀਆਂ ਪਰਖੀਆਂ ਕਿਸਮਾਂ ਚ ਮੈਂ ਚਾਰ ਕਿਸਮਾਂ ਬਾਰੇ ਗੱਲ ਕਰੂੰਗਾ 2967 HD 2967 2011 ਚ ਪੀਏਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਗਈ ਪੰਜਾਬ ਵਾਸਤੇ ਆਲਰੇਡੀ ਆ ਲੈਵਲ ਤੇ ਬਹੁਤ ਪਸੰਦ ਕੀਤੀ ਜਾਣ ਵਾਲੀ ਕਿਸਮ ਰਹੀ ਹੈ ਇਹ ਜਿੱਥੇ-ਜਿੱਥੇ ਵੀ ਕਣਕ ਦੀ ਕਾਸ਼ਤ ਹੁੰਦੀ ਹੈ 2967 ਤੇ ਉਸ ਤੋਂ ਬਾਅਦ 15 ਚ ਰਿਲੀਜ਼ ਹੋਈ HD 3086 ਇਹਨਾਂ ਦੋਹਾਂ ਦੀ ਜੋੜੀ ਕਿਸੇ ਟਾਈਮ 2967 ਤੇ 3086 ਦੇ ਹੇਠਾਂ 50% ਤੋਂ ਵੱਧ ਰਕਬਾ ਹੁੰਦਾ ਸੀਗਾ ਉਸ ਤੋਂ ਬਾਅਦ ਨਵੀਆਂ ਕਿਸਮਾਂ ਆਉਂਦੀਆਂ ਗਈਆਂ ਤੇ ਐਚਡੀ ਦੀ ਜਿਹੜੀ 2967 ਸੀ ਇਹ ਜੇ ਮੈਂ ਗੱਲ ਕਰਾਂ ਝਾੜਵਾਈ ਜਾਂ ਹਾਈਟ ਇਹਦੀ 101 ਸੈਂਟੀਮੀਟਰ ਸੀ 157 ਦੇ ਨਾਲ ਜਪਕ ਜਾਂਦੀ ਹੈ ਇਹ ਪੀਲੀ ਤੇ ਪੂਰੀ ਕਿਉਂਗੀ ਤੋਂ ਰਹਿਤ ਸੀਗੀ ਪਰ ਕਿਉਂਕਿ ਕਿਸਮ ਜਦੋਂ ਪੁਰਾਣੀ ਹੋ ਜਾਂਦੀ ਹੈ ਨਾ 8-10 ਸਾਲ ਤੋਂ ਉਹ ਬਿਮਾਰੀ ਆਉਣ ਲੱਗ ਪੈਂਦੀ ਹੈ ਚ ਯੈਲੋ ਰਸਟ ਦੀ ਸਮੱਸਿਆ ਕਾਫੀ ਆਉਣ ਲੱਗ ਪਈ ਇਸ ਕਰਕੇ ਨੀਮ ਪਹਾੜੀ ਇਲਾਕਿਆਂ ਜਿਹਦੀ ਕਾਸ਼ਤ ਦੀ ਸਲਾਹ ਨਹੀਂ ਦਿੱਤੀ ਜਾਂਦੀ ਤੇ ਜਿਹੜਾ ਝਾੜ ਸੀ ਇਹਦਾ ਐਵਰੇਜ ਝਾੜ ਜੇ ਆਪਾਂ ਗੱਲ ਕਰੀਏ ਐਵਰੇਜ ਝਾੜ ਸੀ ਇਹਦਾ ਜਣੀ 50 ਕ ਮਣ ਦੇ ਨੇੜ ਤੇ ਰਹੇ ਝੜ ਜਾਂਦੀ ਸੀ 50 52 ਪੋਟੈਂਸ਼ੀਅਲ ਸੀ ਜਿਹੜਾ ਇਹਦਾ ਝਾੜ ਦੇਣ ਦੀ ਸਮਰੱਥਾ ਸੀ ਉਹ ਸੀਗੀ 66 67 ਮਣ ਤਾਈ ਮੰਨ ਲਓ 26 ਕ ਕੁਆਂਟਲ ਦੇ ਨੇੜ ਤੇੜ ਕੋਈ ਕਿਸਾਨ ਵੀ ਪੁੱਛਦੇ ਹੁੰਦੇ ਕਿ ਤੁਸੀਂ ਮਣ ਬਾਰੇ ਕਿਉਂ ਗੱਲ ਕਰਦੇ ਆ ਕਿਸਾਨ ਵੀਰੋ ਜਿਹੜਾ ਜਿਹੜੇ ਜ਼ਿਆਦਾਤਰ ਕਿਸਾਨ ਨੇ ਨਾ ਮਣਾ ਜੀ ਗੱਲ ਕਰਦੇ ਮਣ ਦਾ ਮਤਲਬ ਹੁੰਦਾ 40 ਕਿਲੋ ਤੇ ਢਾਈ ਮਣ ਦਾ ਇੱਕ ਕੁਇੰਟਲ ਬਣਦਾ 100 ਕਿਲੋ ਜੇ ਤੁਸੀਂ ਤੁਹਾਨੂੰ ਨਾਮ ਮਣ ਦਾ ਪਤਾ ਲੱਗੇ ਤਾਂ ਮਣ ਤੋਂ ਹੀ ਆਪਾਂ ਝਾੜਦਾ ਜਿਹੜਾ ਕਿਸਾਨ ਵੀਰ ਮਣਾ ਜੀ ਪੁੱਛਦੇ ਹੁੰਦੇ ਜਿਆਦਾ ਝਾਰ ਕੁਇੰਟਲ ਬਾਰੇ ਵੀ ਗੱਲ ਕਰਾਂਗੇ ਇਹਦਾ 26 ਕੁਇੰਟਲ ਦਾ ਪੋਟੈਂਸ਼ੀਅਲ ਸੀਗਾ 2976 ਦਾ ਜਿਹੜੀ 3086 ਇਹਦਾ ਔਸਤ ਕੱਟ 96 ਸੈਂਟੀਮੀਟਰ ਕਾਦੇ ਦਾ ਬਹੁਤ ਵਧੀਆ ਨਾ ਡਿੱਗਣ ਦੀ ਕੋਈ ਸਮੱਸਿਆ 155 ਦਿਨਾਂ ਵਿੱਚ ਪੱਕਦੀ ਹੈ ਪੀਲੀ ਕੁੰਗੀ ਪੂਰੀ ਕੁੰਗੀ ਦਾ ਟਕਰਾ ਕਰਨ ਦੇ ਸਮਰੱਥ ਹੈ ਇਹਦਾ ਜਿਹੜਾ ਝਾੜ ਹੈ ਇਹ 55 54 55 ਮਾਣ ਤੱਕ ਬੜੇ ਆਰਾਮ ਨਾਲ ਦੇ ਦਿੰਦੀ ਹੈ ਤੇ ਇਹਦਾ ਪੋਟੈਂਸ਼ੀਅਲ ਹੈ ਜਿਹੜਾ ਉਹ ਜਿਹੜਾ ਇਸ ਦਾ 30 86 ਦਾ ਇਹਦਾ 71 ਮਾਣ ਤੱਕ 72 ਮਾਣ ਤੱਕ ਪੋਟੈਂਸ਼ੀਅਲ ਹੈਗਾ 28 ਕੁਇੰਟਲ ਤਾਈ ਕਾਫੀ ਕਿਸਾਨ ਵੀਰਾਂ ਨੇ ਹੋ ਸਕਦਾ ਤੁਹਾਡੇ ਚੋਂ 65 68 ਮਾਣੇ ਦਾ ਝਾੜ ਲਿਆ ਵੀ ਹੋਵੇ 71 72 ਮਾਣ ਤੋਂ ਉੱਪਰ ਪੋਟੈਂਸ਼ੀਅਲ ਇਹਦਾ ਹੈ ਨਹੀਂਗਾ ਝਾੜ ਦੇਣ ਦੀ ਸਮਰੱਥਾ ਉਦੋਂ ਉੱਤੇ ਨਹੀਂ ਟੱਪਦੀ ਇਹ ਤੇ ਉਸ ਤੋਂ ਬਾਅਦ ਆਈ ਇਹਨਾਂ ਨੂੰ ਦੋਵਾਂ ਨੂੰ ਮਿਕਸ ਕਰਕੇ ਜੇ ਤੁਸੀਂ ਬੀਜ ਦਿਆਂ ਤਾਂ ਬਹੁਤ ਵਧੀਆ ਇਹ ਪਰਫਾਰਮ ਕਰਦੀਆਂ ਨੇ ਇੱਕ ਦਾ ਕੱਦ ਥੋੜਾ ਜਿਹਾ ਵੱਧ ਹੈ ਇੱਕ ਦਾ ਘੱਟ ਹੈ ਪੱਕਣ ਦਾ ਸੇਮ ਟਾਈਮ ਉਸ ਤੋਂ ਬਾਅਦ ਫਿਰ ਜੇ ਮੈਂ ਗੱਲ ਕਰਾਂ ਕਿਸਮਾਂ ਬਹੁਤ ਨੇ ਪਰ ਮੈਂ ਇਹਨਾਂ ਚਾਰ ਬਾਰੀ ਗੱਲ ਕਰ ਰਿਹਾ ਡੀਬੀਡਬਲਯੂ 187 2020 ਚ ਸਪਾਰਸ਼ ਕੀਤੀ ਗਈ ਪੀਜ ਲੁਧਿਆਣਾ ਵੱਲੋਂ ਪੰਜਾਬ ਵਾਸਤੇ 104 ਸੈਂਟੀਮੀਟਰ ਕੱਦ 153 ਦਿਨਾਂ 'ਚ ਪੱਕਦੀ ਹੈ ਪੀਲੀ ਕੁੰਗੀ ਪੂਰੀ ਕੰਗੀ ਦਾ ਟੱਕਰਾ ਕਾਫੀ ਹੱਦ ਤੱਕ ਕਰਨ ਦੇ ਸਮਰੱਥ ਹੈ ਇਹਦਾ ਜਿਹੜਾ ਪੋਟੈਂਸ਼ੀਅਲ ਸੀ ਛਾੜਦਾ ਉਹ ਸੀਗਾ 80 ਮਣ 80 ਮਣ ਦਾ ਮਤਲਬ 32 ਕਵਾਂਟਲ ਤੇ ਝਾੜੇ ਦੇ ਵੀ ਦਿੰਦੀ ਕੋਈ ਸ਼ੱਕ ਨਹੀਂ ਪਰ ਕਈ ਵਾਰ ਢਿੱਗਣ ਦੀ ਸਮੱਸਿਆ ਆਉਂਦੀ ਖਾਸ ਹੀ ਇਹ ਹੈ ਕਿ ਢਿੱਗਣ ਦੇ ਬਾਵਜੂਦ ਜਾਂ ਉੱਚਤਾ ਮਣ ਦੇ ਬਾਵਜੂਦ ਵੀ ਝਾੜ ਵਧੀਆ ਦੇ ਜਾਂਦੀ ਹੈ ਤਾਂ ਹੀ ਉਹ ਕਿਸਾਨ ਵੀਰ ਜਿਹੜੇ ਬੀਜ ਦੇ ਉਹ ਬੀਜ ਦੇ ਇਹਨੂੰ ਮਤਲਬ ਡੱਗ ਵੀ ਪਵੇ ਝਾੜ ਨਹੀਂ ਘਟਾਉਂਦੀ ਹੈਗੀ ਪੋਟੈਂਸ਼ੀਅਲ ਵੀ ਇਹਦਾ ਵਧੀਆ ਤੇ ਝਾੜ ਦੇ ਵੀ ਵਧੀਆ ਦਿੰਦੀ ਹੈ ਤੇ ਇਸ ਤੋਂ ਬਾਅਦ ਆਗੇ ਜਿਵੇਂ DBW 222 AB 2020 ਚੀ ਜਿਹੜੀ ਪੀਏ ਉਲਧਿਆਣਾ ਵੱਲੋਂ ਸਫਾਰਸ਼ ਪੰਜਾਬ ਵਾਸਤੇ ਕੀਤੀ ਗਈ 103 ਸੈਂਟੀਮੀਟਰ ਕੱਦ 152 ਦੇ ਨਾਲ ਚੱਕਦੀ ਹੈ ਪੀਲੀ ਕੁੰਗੀ ਦਾ ਟਾਕਰਾ ਦਰਮਿਆਨੀ ਪੀਲੀ ਕੁੰਗੀ ਦੀ ਇਹਦੇ ਵਿੱਚ ਸ਼ਿਕਾਇਤ ਕਿਤੇ ਕਿਤੇ ਆਉਣ ਲੱਗ ਪਈ 222 ਚ ਇਸ ਕਰਕੇ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਇਹਦੀ ਸਫਾਰਸ਼ ਜਿਹੜੀ ਪੀਏ ਉਲਧਿਆਣਾ ਵੱਲੋਂ ਨਹੀਂ ਕੀਤੀ ਜਾਂਦੀ ਇੱਕੇ ਦੇ ਵਿੱਚ ਜੇ ਇਹ ਥੋੜੀ ਜਿਹੀ ਲੇਟ ਲੱਗੇ ਨਾ ਕਿਉਂਕਿ ਇਹ ਅਕਤੂਬਰ ਦੇ ਲਾਸਟ ਹਫਤੇ ਲਾਉਣ ਦਾ ਬਹੁਤ ਵਧੀਆ ਸਮਾਂ 222 ਵਾਸਤੇ ਜੇ ਇਹ ਮਗਰੋਂ ਜਾ ਕੇ ਨਾ ਉੱਚ ਤਾਪਮਾਨ ਦੇ ਵਿੱਚ ਇਹਦੇ ਸਿੱਟਿਆਂ ਦੇ ਉੱਤੇ ਜਾਮਣੀ ਰੰਗ ਦੇ ਤੱਬੇ ਆ ਜਾਂਦੇ ਗਲਿਉ ਬਲੌਚ ਦੇ ਸਿੰਪਟਮਸ ਆ ਜਾਂਦੇ ਬਿਮਾਰੀ ਦੇ ਪਰ ਜੇ ਆਪਾਂ ਸਹੀ ਸਮੇਂ ਤੇ ਲਾਈ ਹੋਵੇ ਉਦੋਂ ਤੱਕ ਦਾਣੇ ਬਣ ਜਾਂਦੇ ਪਰ ਇਹਦਾ ਝਾੜ ਦਾ ਉਹਦੇ ਉੱਤੇ ਮਤਲਬ ਇਸ ਸਮੱਸਿਆ ਦਾ ਕੋਈ ਫਰਕ ਨਹੀਂ ਪਿਆ ਝਾੜ ਬਹੁਤ ਵਧੀਆ ਪਰਫਾਰਮ ਕੀਤਾ 222 ਏਕਟ ਬਹੁਤ ਵੱਡਾ ਰਕਬਾ ਹੈ ਸਾਲ ਵੀ ਲੱਗੂਗਾ 187 ਏਕਟ ਵੀ ਲੱਗੂਗਾ 2967 ਨੂੰ ਪੰਜਾਬ ਤੋਂ ਇਲਾਵਾ ਹਰਿਆਣੇ ਦੇ ਰਾਜਸਥਾਨ ਦੇ ਯੂਪੀ ਦੇ ਬਹੁਤ ਕਿਸਾਨ ਵੀਰ ਜਿਹੜੇ 2967 ਨੂੰ ਅਜੇ ਤੱਕ ਵੀ ਪਸੰਦ ਕਰਦੇ ਆ ਹਰਿਆਣੇ 'ਚ ਬਹੁਤ ਜ਼ਿਆਦਾ ਹੁਣ ਤੱਕ ਲੱਗਦੀ ਰਹੀ ਪੰਜਾਬ ਨਾਲੋਂ ਵੀ ਵੱਧ ਰਕਬਾ ਹਰਿਆਣੇ ਦੇ ਵਿੱਚ 2967 ਦਾ ਹੁੰਦਾ 3086 2967 ਕਰਕੇ ਵੀ ਕਿਸਾਨ ਵੀਰ ਬੀਜ ਲੈਂਦੇ ਆ ਡੀਬੀਡਬਲ 187 ਹੈ ਜਿਹੜੀ ਇਹਦੇ ਜੇ ਆਪਾਂ ਪੋਟੈਂਸ਼ੀਅਲ ਹੋਰ ਐਕਸਪਲੋਰ ਕਰਨਾ ਹੋਵੇ ਇਹਨੂੰ ਡਿੱਗਣ ਤੋਂ ਵੀ ਬਚਾਉਣਾ ਤਾਂ 222 ਨਾਲ ਆਪਾਂ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਬਚਾਈ ਕਰ ਸਕਦੇ ਪੋਟੈਂਸ਼ੀਅਲ ਦੋਵਾਂ ਦਾ ਟਾਪ ਦਾ 222 ਦੀ ਖਾਸੀਅਤ ਇਹ ਹੈ ਉਹਦਾ ਤਣੇ ਦਾ ਡਾਇਆਮੀਟਰ ਵੀ ਵੱਧ ਹੈ ਫਸਟ ਤੇ ਸੈਕੰਡ ਇੰਟਰਨੋਡ ਆ ਜਿਹੜੀ ਉਹਦੀ ਲੈਂਥ ਘੱਟ ਹੈ ਇਸ ਕਰਕੇ ਤਣਾ ਇਹਦਾ ਮਜ਼ਬੂਤ ਹੁੰਦਾ ਘੇਰਾ ਵੱਡਾ ਤਣੇ ਦਾ ਜੜਾਂ ਡੂੰਘੀਆਂ ਜਾਂਦੀਆਂ ਨੇ ਡਿੱਗਣ ਦੀ ਬਿਲਕੁਲ ਸਮੱਸਿਆ ਹੈ ਨਹੀਂ ਤੇ ਤੂੜੀ ਦੀ ਕੁਆਲਿਟੀ ਤੇ ਕੁਆਂਟੀਟੀ ਦੋਨੋਂ ਹੀ ਬਹੁਤ ਵਧੀਆ ਜਿਹੜੇ 222 ਦੇ ਵਿੱਚ ਹੈਗੇ ਆ 222 ਟੌਪ ਦਾ ਝਾੜੇ ਦਾ ਪਿਛਲੇ ਸਾਲ ਵੀ ਰਿਹਾ ਇਸ ਸਾਲ ਵੀ ਕਿਸਾਨਾਂ ਦੀ ਪਸੰਦ ਬਣ ਰਹੀ ਹੈ 187 ਨਾਲ ਮਿਕਸ ਕਰਕੇ ਬੀਜਣੀ ਤੁਸੀਂ ਬੇਫਿਕਰ ਹੋ ਕੇ ਬੀਜ ਸਕਦੇ ਆ 30 86 ਨਾਲ 222 ਮਿਕਸ ਕਰਕੇ ਬੀਜਣੀ ਉਹ ਵੀ ਬੇਫਿਕਰ ਹੋ ਕੇ ਬੀਜ ਸਕਦੇ ਆ ਪਰ ਇਹਨਾਂ ਕਿਸਮਾਂ ਨੂੰ ਥੋੜਾ ਜਿਹਾ ਨੀਮ ਪਾੜੀ ਇਲਾਕੇ ਵਾਲੇ ਖਾਸ ਤੌਰ ਤੇ ਰੋਪੜ ਆਨੰਦਪੁਰ ਸਾਹਿਬ ਪਠਾਨਕੋਟ ਦਾ ਏਰੀਆ ਉੱਥੇ ਵਰਤੋਂ ਤੋਂ ਤੋਂ ਗਰੇ ਮਤਲਬ ਬਜਾਈ ਤੋਂ ਗਰੇਜ ਕਰਨ ਵਾਸਤੇ ਜਿਹੜਾ ਪੀਜ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤ ਬਹੁਤ ਬਹੁਤ ਸ਼ੁਕਰੀਆ ਜੀ